ਤੇ ਕੀ ਉਹਦੇ ਨਤੀਜਾ ਹੁੰਦਾ? ਨਤੀਜਾ ਇਹ ਅਗਰ ਪੈਸੇ ਵਾਲੇ ਹੋ ਤਾਂ ਭਰ ਦਿਓ, ਨਹੀਂ ਤਾਂ ਡ੍ਰੌਪ ਦਿਸ ਕਾਲਜ। ਇਹਨਾਂ ਦੇ ਵਧੀਆ ਰਿਵਿਊ ਨੇ ਤੇਰੇ ਹਿਸਾਬ ਨਾਲ? ਰਿਵਿਊ ਤਾਂ ਵਧੀਆ, ਪੜ੍ਹਨਾ ਬੜਾ ਪੈਂਦਾ ਹੈਗਾ, ਹੋਰ ਤਾਂ ਕੀ ਹੈ, ਦਿਮਾਗ ਜਿਹਾ ਬੜਾ ਲਾਉਣਾ ਪੈਂਦਾ ਹੈਗਾ। ਆਹ ਦੇਖੋ ਸ਼ੈਡਨ ਕਾਲਜ ਦੀਆਂ ਪਾਰਕਿੰਗਾਂ 'ਚ ਹੁਣ 24 ਘੰਟਿਆਂ ਪੁਲਿਸ ਫਿਰਦੀ ਹੋ ਰਹਿੰਦੀ ਹੈ ਸਿਰਫ। ਬਾਈ ਜੀ ਨੂੰ ਸਿਖਾ ਰਿਹਾ ਵਲੌਗ ਕਿਵੇਂ ਐਡਿਟ ਕਰਨਾ, ਵਲੌਗ ਕਿਵੇਂ ਬਣਾਉਣਾ, ਮਤਲਬ ਆਉਣ ਵਾਲਾ ਯੂਟਿਊਬ ਚੈਨਲ ਨੋਬਲ ਵਾਨ। ਹਾਂ ਹਾਂ, ਇਹ ਦਰਅਸਲ ਹੁਣ ਫਾਈਨਲ ਚੱਲ ਰਹੇ ਨੇ, ਫਾਈਨਲ ਵੀਕ ਆ। ਆਹ ਦੇਖੋ ਇੰਨੇ ਜੰਗਲੇ ਹੋਏ ਫਿਰਦੇ ਹਾਂ, ਕੁਛ ਕਰਨ ਦਾ ਹੋਰ ਟਾਈਮ ਨਹੀਂ ਮਿਲਿਆ। ਦੇਖ ਫਾਈਨਲ ਨੇ ਸਾਰਾ ਦਿਨ ਪੜ੍ਹਾਈ ਸ਼ੈਡਨ ਕਾਲਜ, ਉਹ ਇੱਕ ਹੋਰ ਸਾਡਾ ਉਸਤਾਦ ਆ ਗਿਆ। ਉਹ ਨਹੀਂ, ਗਲਤ ਬੰਦਾ। ਸਟੂਡੈਂਟ ਇੱਥੇ ਆਉਣ ਗਿਆ ਕਾਲਜ ਵਿੱਚ, ਅਜੇ ਇੰਡੀਆ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਇੱਥੇ ਦੇ ਐਗਜ਼ਾਮਾਂ ਬਾਰੇ? ਮੈਂ ਜੀ ਕੱਟੀ ਨਾ ਜਾਏਗਾ ਫਿਰ ਅਸੀਂ ਭਾਈ, ਤੂੰ ਪਹਿਲਾਂ ਸੁਣ ਲਾ ਤੂੰ ਕੀ ਕਹਿਣਾ ਫਿਰ ਪਾਊਂਗਾ। ਨਵੇਂ ਸਟੂਡੈਂਟ ਆਉਣਾ ਚਾਹੁੰਦੇ ਨੇ, ਸ਼ੈਡਨ ਨਹੀਂ ਦਿਓ। ਕਿਉਂ, ਬੈਡ ਰਿਵਿਊ ਕਿਵੇਂ, ਸ਼ੈਡਨ ਦੇ ਵਧੀਆ ਰਿਵਿਊ ਨੇ ਤੇਰੇ ਹਿਸਾਬ ਨਾਲ? ਰਿਵਿਊ ਤਾਂ ਵਧੀਆ, ਪੜ੍ਹਨਾ ਬੜਾ ਪੈਂਦਾ ਹੈਗਾ, ਹੋਰ ਤਾਂ ਕੀ ਹੈ, ਦਿਮਾਗ ਜਿਹਾ ਬੜਾ ਲਾਉਣਾ ਪੈਂਦਾ ਹੈਗਾ। ਜੀ ਪੀ ਏ ਕਿੰਨਾ ਤੇਰਾ? ਬੱਸੀਦਾ ਨਹੀਂ, ਉਹ ਬੱਸੀਦਾ ਨਹੀਂ ਕੈਮਰੇ 'ਤੇ ਨਜ਼ਰ ਲੱਗ ਜਾਂਦੀ। ਹਾਂ ਫਿਰ ਲੋਕਾਂ ਨੇ ਕਹਿਣਾ ਬਾਹਲੇ ਉਹ ਨੇ, ਬਾਹਲੇ ਪੜ੍ਹਦੇ ਨੇ ਇੱਥੇ। ਇਹ ਪੰਜਾਬੀ ਨਹੀਂ ਬੋਲਦਾ, ਇਹ ਬਸ ਇਕੱਲੀ ਇੰਗਲਿਸ਼ ਸਮਝਦਾ। ਇਹ ਰੈਪਰ ਆ, ਆਉਣ ਵਾਲਾ ਰੈਪਰ। ਰੈਪਰ ਦੂਰ ਹੀ ਰਹੀ ਦਾਮਨ ਦੇ ਜਾਲੀ ਤੋਂ, ਰਾਈਟ ਸੀਟ ਬੈਠਾ ਜਿਹੜਾ ਸ਼ੂਟਰ ਸਮਾਲੀ ਤੋਂ। ਇਹ ਸ਼ੂਟਰ ਆ ਸਮਾਲੀ ਦਾ। ਲੱਕ ਤੂੰ ਕਰ ਕਿੱਦਾਂ ਫਾਈਨਲਸ ਵਲੌਗ? 12:30 ਵਜੇ ਉੱਠਾਂਗਾ, 12:30 ਵਜੇ ਉੱਠੇਗਾ, 1 ਵਜੇ ਪੇਪਰ। ਟਾਈਮ ਕਿੰਨਾ ਹੋਇਆ? ਕਿੱਥੇ ਉੱਠ ਕੇ ਆ ਗਿਆ? 12:43। ਵੇਟ, ਆਰ ਯੂ ਐਕਚੁਅਲੀ ਵਲੌਗਿੰਗ? ਯਾ ਪੇਪਰ। ਉਹ ਇੰਨੇ ਕੋਲ ਨਾ ਬੈਠਾ, ਸਾਰੇ ਪਲੇਜ ਲੱਗ ਜੂ, ਪਲੇਜਰਿਜ਼ਮ ਚਾਰਾਂ ਤੇ। ਪਲੇਜਰ ਔਨ, ਪਲੇਜਰ ਔਨ। ਹੈਲੋ ਫਰੈਂਡਸ, ਆ ਸ਼ੈਡਨ ਕਾਲਜ ਦੀ ਲਾਈਫ ਆ। ਆ ਇੱਥੋਂ ਦੇ ਸਟੂਡੈਂਟ ਨੇ, ਹੁਣ ਇੱਥੇ ਜੇ ਆਉਂਗੇ ਇਹ ਬੰਦੇ ਮਿਲਣਗੇ ਇੱਥੇ, ਅਤੇ ਕੀ ਕਹੀਏ। ਆਹ ਜਗ੍ਹਾ ਕਿਹੜੀ ਆ ਸ਼ੈਡਨ ਕਾਲਜ ਦੀ? ਆਹ ਜਗ੍ਹਾ ਦਿਖਾ ਦੇ ਪੂਰਾ, ਕਿਵੇਂ ਕਹਿ ਨਹੀਂ ਸਕਦਾ, ਢਾਬਾ ਢਾਬ। ਉੱਧਰ ਉੱਧਰ ਜਾਣ ਲੱਗਿਆ ਸੀ ਤੂੰ? ਆਹ ਸਭ ਨੂੰ ਮਤਲਬ ਕੀ ਕਹਿ ਸਕਦੇ ਹਾਂ, ਮਸ਼ਹੂਰ ਜਗ੍ਹਾ ਕਾਲਜ ਦੀ ਆਪਣੇ ਦੀ, ਹੈ ਨਾ। ਇੱਕ ਆਹ, ਇੱਕ ਉਹ ਲੇਕ ਦੇ ਕੋਲ ਜਿਹੜੇ ਬੈਠੇ ਰਹਿੰਦੇ ਨੇ, ਅਤੇ ਇੱਕ ਹੋਰ ਜਗ੍ਹਾ ਕੈਫੀਟੇਰੀਆ। ਉਹ ਛੇਤੀ ਛੇਤੀ ਸਮਝਾ ਦੇ, ਇੱਥੇ ਕਿੰਨੇ ਔਖੇ ਔਖੇ ਪੇਪਰ ਹੁੰਦੇ ਨੇ, ਕਿਵੇਂ ਪੜ੍ਹਨਾ ਪੈਂਦਾ? ਔਖੇ ਤਾਂ ਹੁੰਦੇ ਆ, ਮਾੜਾ ਜਗਾੜ ਜਿਹਾ ਲੱਗ ਜਾਂਦਾ ਫਿਰ ਕੰਮ ਠੀਕ ਹੋ ਜਾਂਦਾ। ਇਹ ਪੂਰਾ ਜੱਟਾਂ ਵਾਲਾ ਕੰਮ ਆ ਇਹਦਾ। ਪਹਿਲਾਂ ਕਹਿੰਦਾ ਸੀ ਆਹ ਕੈਂਪਸ 'ਚ ਕੈਮਰੇ ਹੈ ਨਹੀਂ, ਉਹ ਦੇ ਇਹ ਹਿਡਨ ਕੈਮਰੇ ਨੇ ਬਰੋ, ਆਪਣੇ 'ਤੇ ਅੱਖ ਰੱਖਦੇ ਨੇ 24 ਘੰਟੇ। ਤੂੰ ਰੈਡੀ ਆ ਜਾਂ ਪ੍ਰੀ, ਕਿਵੇਂ ਕਹਿੰਦੇ ਹੁੰਦੇ ਨੇ, ਆਹ ਵੀ ਮੈਂ ਪਾ ਦੇਣਾ। ਓਏ ਰੈਡੀ ਆ ਜਾਂ ਐਂਕਸ਼ੀਅਸ ਆ ਫਾਈਨਲ ਤੋਂ ਪਹਿਲਾਂ? ਐਂਗਜ਼ਾਇਟੀ ਟੀਚਰ ਤਾਂ ਪਰ ਅਜੇ ਨਹੀਂ ਆਏ ਨੇ। ਬ੍ਰੋ ਵਿਚ ਲੈਂਗੁਏਜ ਡੂ ਯੂ ਸਪੀਕ? ਮਲਿਆਲਮ। ਮੱਲੂ ਮੱਲੂ ਸਾਊਥ ਇੰਡੀਆ। ਓਕੇ ਓਕੇ ਓਕੇ, ਆਹ ਤੋਂ ਬੰਦਿਆਂ ਦੀ ਪਲੇਜਰਿਜ਼ਮ ਲੱਗੂਗੀ, ਦੋਨੇ ਇਕੱਠੇ ਬਹਿ ਕੇ ਪੇਪਰ ਦੇਣਗੇ। ਨਾਈਸ ਫੋਨ ਮੈਨ, ਰੱਖ ਲਾ। ਉਹ ਬੋਲ ਪਿਆ, ਹਿੰਦੀ ਬੋਲ ਪਿਆ, ਪੰਜਾਬੀ ਬੋਲ ਪਿਆ। ਸਿਖਾ ਯਾਰ, ਕੀ ਗੋ। ਇੱਕ ਹੋਰ ਬੰਦਾ ਆ ਗਿਆ, ਪਰ ਉਹ ਦੁਸ਼ਮਣ 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 ਕਿਉਂ ਨੇ ਆਏ ਵੀ ਦੱਸ ਦੇ। ਦੁਸ਼ਮਣ ਹਾਂ, ਆਪਣਾ ਯਾਰ ਆ, ਤੇਰਾ ਯਾਰ ਆ, ਯਾਰ ਆਪਣਾ। ਇਹ ਬਹੁਤ ਕੈਜੂਅਲ ਜਿਹਾ ਵਲੌਗ ਬਣ ਰਿਹਾ, ਅਚਾਨਕ ਹੀ ਸ਼ੁਰੂ ਕਰਤਾ। ਇੱਥੇ ਇੰਨਾ ਬੈਠਾ ਸੀ, ਕਹਿੰਦਾ ਵਲੌਗ ਬਣਾ, ਫਿਰ ਕੋਈ ਇੰਟਰੋ ਨਹੀਂ, ਇਹ ਵਲੌਗ ਜੀ ਇੱਦਾਂ ਹੀ ਸ਼ੁਰੂ ਹੋ ਗਿਆ। ਪਲੈਨਿੰਗਾਂ ਚੱਲ ਰਹੀਆਂ ਨੇ ਉੱਧਰ,
ਰਿਸ਼ਵ ਕੰਪਲੇਨ ਕਰ ਰਿਹਾ ਕਿਉਂਕਿ ਇਹਨੂੰ ਵਧੀਆ ਸੀਟ ਨਹੀਂ ਮਿਲ ਰਹੀ। ਕਿੱਦਾਂ ਹੋਰ ਖੁਸ਼ ਫਿਰਦੇ ਨੇ ਆਹ ਇੱਧਰ ਆ ਕੇ ਗੋਰੇ ਗੋਰੇ ਦੇਖਣ ਲੱਗ ਦੇ ਨੇ ਹਨਾ, ਨਹੀਂ ਤਾਂ ਉਧਰਲੇ ਪਾਸੇ ਜਿੱਥੇ ਆਪਣੀਆਂ ਕਲਾਸਾਂ ਨੇ ਉੱਥੇ ਸਾਰੇ ਆਪਣੇ ਬੰਦੇ ਹੁੰਦੇ ਨੇ। ਆ ਜਾ ਆ ਜਾ ਵੜ ਜਾ, ਕੁਛ ਨੀ ਕਹਿੰਦੇ ਉਹ, ਡਰਦਾ ਬਹੁਤ ਆ। ਹਾਂਜੀ ਮਿੱਤਰੋ, ਉਹ ਮੈਂ ਹੁਣ ਅੱਧਾ ਇੱਕ ਘੰਟੇ ਲਈ ਘਰੇ ਗਿਆ ਸੀਗਾ, ਆਹ ਜੈਕਟ ਜੁਗੜ ਪਾਏ ਕਿਉਂਕਿ ਬਾਹਰ ਮੀਂਹ ਪੈਣ ਲੱਗ ਗਿਆ ਅਤੇ ਟੈਂਪਰੇਚਰ ਡਾਊਨ ਹੋ ਗਿਆ। ਆਹ ਜਿਹੜੀ ਵੀਡੀਓ ਸੀ ਇਹ ਬਿਲਕੁਲ ਰੈਂਡਮ ਸੀ, ਲਾਈਕ ਮੈਂ ਅੱਜ ਜੋ ਉੱਠਿਆ ਸੀ ਮੈਂ ਸੋਚਿਆ ਨਹੀਂ ਸੀ ਅੱਜ ਇੱਕ ਹੋਰ ਵਲੋਗ ਬਣਾਊਂਗਾ, ਉੱਥੇ ਜੋ ਬੈਠੇ ਸੀ ਉਹ ਅਚਾਨਕ ਉਹ ਕਹਿੰਦਾ ਵੀਡੀਓ ਬਣਾ, ਮੈਂ ਚੱਲ ਠੀਕ ਆ, ਫਿਰ ਕੈਮਰਾ ਕੱਢਿਆ ਅਤੇ ਉੱਥੇ ਵਲੋਗ ਬਣਾਉਣ ਲੱਗ ਗਏ। ਮੈਨੂੰ ਆਏ ਵੀ ਨਹੀਂ ਪਤਾ ਇਹਦੀ ਲੈਂਥ ਕਿੰਨੀ ਹੋਊਗੀ ਜਾਂ ਕਿੱਦਾਂ ਦੀ ਆਈ ਹੋਊਗੀ, ਵੀ ਇਹ ਮੈਂ ਵੀਡੀਓ ਪਾਊਂਗਾ ਵੀ ਜਾਂ ਨਹੀਂ ਪਾਊਂਗਾ, ਪਤਾ ਨਹੀਂ ਮੈਨੂੰ ਕੁਛ ਨਹੀਂ ਪਤਾ, ਇਹ ਬਿਲਕੁਲ ਸਾਰਾ ਕੁਛ ਰੈਂਡਮ ਐਂਡ ਇੰਪਰੋਵਾਈਜ਼ਡ ਸੀ। ਹੁਣ ਫਿਰ ਮੈਂ ਆ ਗਿਆ ਕੈਂਪਸ ਅਤੇ ਚੱਲਦੇ ਹਾਂ ਹੁਣ। ਆਹ ਦੇਖੋ ਸ਼ਾਈਡਨ ਕਾਲਜ ਦੀਆਂ ਪਾਰਕਿੰਗਾਂ 'ਚ ਹੁਣ 24 ਘੰਟੇ ਪੁਲਿਸ ਫਿਰਦੀ ਰਹਿੰਦੀ ਆ, ਸਰਵੇਲੀਅੰਸ ਰੱਖਦੀ ਤਾਂ ਇੰਨੀ ਖਾਲੀ ਰਹਿੰਦੀ ਹੁਣ ਇਹ ਪਾਰਕਿੰਗ, ਬਸ ਐਂ ਗੱਡੀ ਖੜਾ ਲੈਂਦੇ ਨੇ ਐਂ ਆ ਕੇ, ਉੱਦਾਂ ਜਿਵੇਂ ਡਰ ਜਾ ਨਹੀਂ ਪੈਦਾ ਕਰਨਾ ਹੁੰਦਾ। ਗਿੱਲੀ ਬੰਦੇ ਉਹ ਤੁਰੇ ਹੋ ਤਾਂ ਉਹ ਇੱਕ ਹਨੇਰਾ ਜਿਹਾ ਗਲਤ ਜਿਹਾ ਲੱਗਦੇ ਹੋ ਤੁਸੀਂ। ਓਕੇ ਆਹ ਕੁਰਸੀਆਂ ਤਾਂ ਇੰਨਾ ਦੇਖੋ ਨਾ, ਇਹ ਟਿਊਟੋਰੀਅਲ ਆ ਵੀ ਐਗਜ਼ਾਮ ਕਿੱਦਾਂ ਪਾਸ ਕਰਨੇ ਨੇ, ਹਾਊ ਟੂ ਡਿਸਟਰੋਏ ਸ਼ੈਡ। ਉਹ ਵੀ ਪਹਿਲਾ ਤਰੀਕਾ ਇਹ ਆ ਵੀ ਰਿਸ਼ਵ ਨਾਲ ਯਾਰੀ ਪਾ ਲਓ, ਇਹ ਆਪਸ਼ਨ ਨੰਬਰ 1 ਆਪਸ਼ਨ 1 ਪਰ ਇਹ ਵੀ ਇੱਧਰ ਕਰ ਦੋ ਮਿੰਟ ਫੋਰ ਅਸਾਈਨਮੈਂਟ, ਪਰ ਆਪਸ਼ਨ ਹਰੇਕ ਬੰਦੇ ਕੋਲ ਨਹੀਂ ਹੁੰਦਾ ਕਿਉਂਕਿ ਰਿਸ਼ਵ ਮਾੜੇ ਬੰਦੇ ਨਾਲ ਤਾਂ ਗੱਲ ਹੀ ਨਹੀਂ ਕਰਦਾ ਹੈਗਾ, ਇਹ ਉੱਚੇ ਸਾਡੇ ਵਰਗੇ ਮਤਲਬ ਉੱਚੇ ਲੈਵਲਾਂ ਦੇ ਨਾਲ ਕਰਦਾ। ਆਪਸ਼ਨ ਨੰਬਰ 2 ਮੈਂ ਇੱਥੇ ਲਿਖਦਾ, ਕੋਈ ਹੈ ਨਹੀਂ ਉੱਥੇ ਲਿਖਣ ਵਾਲਾ, ਨਹੀਂ ਰਿਸ਼ਵ ਯਾਰ ਕੋਈ ਆਈਡੀਆ ਦੇ, ਇੱਥੇ ਪ੍ਰੋਬਲਮ ਆ ਰਹੀ ਆ ਯਾਰ, ਪੈਨ ਨਹੀਂ ਹੈਗਾ, ਮੈਂ ਲਿਖ ਨਹੀਂ ਸਕਦਾ, ਚਿੱਲ ਕਰ ਰਹੇ ਨੇ, ਇਹ ਨਾ ਸੋਚਿਓ ਪਿੱਛੇ ਪੜ੍ਹਨਾ ਬਹੁਤ ਪੈਂਦਾ, ਦੱਸ ਕਿੰਨਾ ਕੁ ਇੰਟੈਗਰਿਟੀ ਜੇ ਲੱਗ ਜਾਏ ਤੇ ਉਹ ਆ ਨਹੀਂ ਹਾਂ ਜਦ ਹੀ ਲੱਗ ਜਾਂਦੇ ਨੇ, ਦੇਖ ਲਾ ਸਮਝਾ ਦੇ ਇੰਟੈਗਰਿਟੀ ਜੇ ਲੱਗ ਜਾਏ ਕਿਸੇ ਦੀ ਤਾਂ ਬਚ ਜਾਂਦੀ ਹੈ ਹੋਰ ਕੀ, ਅਤੇ ਕੀ ਉਹਦਾ ਨਤੀਜਾ ਹੁੰਦਾ, ਨਤੀਜਾ ਇਹ ਅਗਰ ਪੈਸੇ ਵਾਲੇ ਹੋ ਤਾਂ ਭਰ ਦਿਓ ਨਹੀਂ ਤਾਂ ਡਰੋਪ ਦਿਸ ਕਾਲਜ। ਆਲ ਨਾਈਟਰਸ ਰਾਤ ਕਰਦੇ ਉਹ ਦਿਓ, ਦੂਰੋਂ ਹੀ ਬੱਤੀਆਂ ਚੱਕਦੀਆਂ ਨੇ ਉਹਨਾਂ ਦੀਆਂ। ਠੀਕ ਆ ਫਿਰ ਅੱਜ ਦਾ ਵਲੋਗ ਇੱਥੇ ਖਤਮ ਹੁੰਦਾ, ਇਹ ਥੋੜ੍ਹਾ ਅਲੱਗ ਜਿਹੇ ਟਾਈਪ ਦਾ ਵਲੋਗ ਸੀ, ਅਨਐਕਸਪੈਕਟਡ, ਕੁਛ ਵੀ ਪਲੈਨ ਨਹੀਂ ਕੀਤਾ ਸੀਗਾ, ਅਤੇ ਹੋਪ ਕਰਦਾ ਤੁਹਾਨੂੰ ਪਸੰਦ ਆਇਆ, ਜੇ ਸਭ ਤੋਂ ਕੁਛ ਗਲਤ ਕਿਹਾ ਗਿਆ ਗਲਤੀ ਹੋ ਗਈ ਤਾਂ ਮਾਫ਼ ਕਰਿਓ, ਅਤੇ ਫਿਰ ਠੀਕ ਆ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਦਿਓ ਜੇ ਵਧੀਆ ਲੱਗਿਆ, ਅਤੇ ਆਪਾਂ ਮਿਲਦੇ ਹਾਂ ਫਿਰ ਅਗਲੀ ਵਾਰ। ਓਕੇ।